ਰੈਸਟ ਕੀਤਾ ਬਹੁਤ ਵਧੀਆ ਗੱਲ ਆ ਪਰ ਉਹਨੂੰ ਜਲਦੀ ਤੋਂ ਜਲਦੀ ਪੰਜਾਬ ਲਿਆ ਕੇ ਉਹਦਾ ਨਾਰਕੋ ਟੈਸਟ ਕਰਾ ਕੇ ਇਹ ਪਤਾ ਕੀਤਾ ਜਾਵੇ ਵੀ ਇਹ ਖੜਕਦਾ ਕਿਦੇ ਦਿਮਾਗ ਦੇ ਵਿੱਚ ਕੁਝ ਲੀਡਰਾਂ ਦੀ ਤੇ ਕੁਝ ਕਲਾਕਾਰਾਂ ਦੀ ਜ਼ਰੂਰ ਹੋਊਗੀ ਕਿਉਂਕਿ 골ਡੀ ਗਰਾਡ ਇੱਕ ਪੈਸੇ ਲੈ ਕੇ ਕਤਲ ਕਰਨ ਵਾਲਾ ਕਰਿੰਦਾ ਹੈ ਉਹ ਜਲਦੀ ਜਲਦੀ ਫੜੇ ਜਾਣ ਜਿਵੇਂ ਪਰਿਵਾਰ ਦੀ ਸੰਤੁਸ਼ਟੀ ਕਰਾਉਣੀ ਕਿਉਂਕਿ ਇਹ ਪਰਿਵਾਰ ਹਲੇ ਇਸ ਕਾਰਵਾਈਆਂ ਤੋਂ ਸਰਕਾਰ ਨਹੀਂ ਤਾਂ ਸੰਤੁਸ਼ਟ ਨਹੀਂ ਹੈ ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਨਾਮਜਦ 골ਡੀ ਬਰਾੜ ਨੂੰ ਰ ਟੇਨ ਕਰ ਲਿਆ ਗਿਆਗਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਸਾਡੇ ਨਾਲ ਕਾਂਗਰਸੀ ਆਗੂ ਤੇ ਸੁਭਦੀਪ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਜ਼ਦੀਕੀ ਕੁਝ ਵਿਅਕਤੀ ਨੇ ਗੱਲ ਕਰਾਂਗੇ ਉਹਨਾਂ ਦੇ ਨਾਲ ਕੀ ਕਹੋਗੇ ਅੱਜ ਜਿਹੜਾ ਗੋਲਡੀ ਬਰਾੜ ਨੂੰ ਕਾਫੀ ਲੰਬੇ ਸਮੇਂ ਬਾਅਦ ਰ ਟੇਨ ਕੀਤਾ ਗਿਆ ਲਗਾਤਾਰ ਇਨਸਾਫ ਦੀ ਮੰਗ ਕਰ ਰਹੀ ਸੀ ਪਰਿਵਾਰ ਵੀ ਚਲੋ ਦੇਖਣਾ ਹੈ ਗਰੁਸਤਾ ਜੀ ਸਾਡੇ ਭਰਾ ਸਾਡੇ ਵੱਡਾ ਭਰਾ ਸਿੱਧੂ ਮੂਸੇਵਾਲਾ ਦਾ ਜੋ ਕਤਲ ਤੇ ਜੋ ਮੇਨ ਮੁਖੀ ਸੀ ਉਹਨਾਂ ਨੂੰ ਫੜ ਕੇ ਆਸਟ ਮਿੰਟ ਰੋਕਣਾ ਇੱਕ ਜੋ ਅੱਗੇ ਮਾਸਟਰਮਾਈਂਡ ਨੇ ਜਿਵੇਂ ਕਿ ਸਾਡੇ ਪਾਪੂ ਜੀ ਨੇ ਕੱਲ ਕਿਹਾ ਵੀ ਕਿਹੜੇ ਕਿਹਨੇ ਕਤਲ ਕੀਤਾ ਉਹ ਤਾਂ ਇੱਕ ਪਹਾੜ ਦੇ ਟੱਟੂ ਸੀਗੇ ਵੀ ਜਿਹੜੇ ਮਾਸਟਰਮਾਈਂਡ ਉਹਨਾਂ ਨੂੰ ਫੜੋ ਤੇ ਅੱਜ ਚਲੋ ਫੜ ਲੇ ਗਿਆ ਵੀ ਪੁਲਿਸ ਨੂੰ ਅਸੀਂ ਬੇਨਤੀ ਕਰਦੇ ਆ ਵੀ ਜੋ ਸਹੀ ਇਹਦੇ ਪਿੱਛੇ ਮਾਸਟਰਮਾਈਂਡ ਨੇ ਉਹਨਾਂ ਦਾ ਪੁੱਛਕਿਛ ਕਰਕੇ ਉਹਨਾਂ ਦਾ ਨਾਮ ਸਾਹਮਣੇ ਆਵੇ ਤਾਂ ਕਿ ਲੋਕਾਂ ਦੇ ਸਾਹਮਣੇ ਵੀ ਇੱਕ ਜੋ ਜਸਟਿਸ ਹੋਵੇ ਸਿੱਧੂ ਮੂਸੇਵਾਲਾ ਲੋਕ ਵੀ ਉਹਨਾਂ ਨੇ ਹਾਂ ਵੀ ਇੱਕ ਜੋ ਇਨਸਾਫ ਮਿਲਿਆ ਸਿੱਧੂ ਮੂਸੇਵਾਲਾ ਕਲਤੀਬ ਜੀ ਕੀ ਕਹੋਗੇ ਪਰਿਵਾਰ ਦੇ ਬੜਾ ਨਜ਼ਦੀਕੀ ਹੋ ਤੁਸੀਂ ਹਰ ਕੋਈ ਪ੍ਰੋਟੈਸਟ ਕੀਤਾ ਗਿਆ ਚਾਹੇ ਹਰ ਉਹ ਨਾ ਕੱਲ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਐਲਾਨ ਕੀਤਾ ਸੀ 2 ਕਰੋੜ ਰੁਪਏ ਦਾ ਤੇ ਅੱਜ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਦੇਖੋ ਜੀ ਜਿਹੜਾ ਅਰੈਸਟ ਦੀ ਆਪਾਂ ਗੱਲ ਕਰੀਏ ਸੂਤਰਾਂ ਦੇ ਹਵਾਲੇ ਤੋਂ ਤਾਂ ਪਰਸੋਂ ਦੀ ਖਬਰ ਆ ਰਹੀ ਸੀ ਵੀ ਸ਼ਾਇਦ ਕਾਲੀਪੁਰਨੀਆਂ ਦੇ ਵਿੱਚ ਅਰੈਸਟ ਕਰ ਲਿਆ ਪਰ ਸਾਡੇ ਕੋਲੇ ਕਨਫਰਮ ਨਹੀਂ ਸੀ ਇਸ ਕਰਕੇ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਹਾਂ ਵਧੀਆ ਦੇਰ ਆਏ ਦਰੋਸਤਾਂ ਅਰੈਸਟ ਕੀਤਾ ਬਹੁਤ ਵਧੀਆ ਗੱਲ ਆ ਪਰ ਉਹਨੂੰ ਜਲਦੀ ਤੋਂ ਜਲਦੀ ਪੰਜਾਬ ਲਿਆ ਕੇ ਉਹਦਾ ਨਾਰਕੋ ਟੈਸਟ ਕਰਾ ਕੇ ਇਹ ਪਤਾ ਕੀਤਾ ਜਾਵੇ ਵੀ ਇਹ ਖੜਕ ਦਾ ਕਿਦੇ ਦਿਮਾਗ ਦੇ ਵਿੱਚ ਇਹਦੇ ਵਿੱਚ ਇਨਵੋਲਵਮੈਂਟ ਜਿਹੜੀ ਆ ਕੁਝ ਲੀਡਰਾਂ ਦੀ ਤੇ ਕੁਝ ਕਲਾਕਾਰਾਂ ਦੀ ਜ਼ਰੂਰ ਹੋਊਗੀ ਕਿਉਂਕਿ 골ਡੀ ਗਰਾਡ ਇੱਕ ਪੈਸੇ ਲੈ ਕੇ ਕਤਲ ਕਰਨ ਵਾਲਾ ਕਰੇਂਦਾ ਹੈ ਉਹਨੇ ਆਪ ਦੇ ਕਰੇਂਦਿਆਂ ਤੋਂ ਕਤਲ ਕਰਾਤਾ ਉਹ ਖੁਦ ਵੀ ਪੈਸੇ ਲੈ ਕੇ ਕਤਲ ਕਰਨ ਵਾਲਾ ਇੱਕ ਕਰੇਂਦਾ ਉਹਦਾ ਕੰਮ ਹੈ ਵੀ ਲੋਕ ਇੱਕ ਕਸਾਈ ਵਾਲਾ ਕੰਮ ਮੰਨ ਲਓ ਜਿਹਨੇ ਪੈਸੇ ਦਿੱਤੇ ਉਹਨੂੰ ਮੇਟ ਵੱਢ ਕੇ ਦੇਤਾ ਉਹੀ ਕੰਮ ਗੋਲਡੀ ਬਰਾੜ ਦਾ ਵੀ ਜਿਹਨੇ ਕੋਈ ਪੈਸੇ ਦੇਤੇ ਉਹ ਬੰਦਾ ਮਾਰ ਦਿੰਦਾ ਉਹਦਾ ਕੰਮ ਇਹ ਹੈ ਅਸਲ ਦੇ ਵਿੱਚ ਇਹਦੇ ਚ ਦੋਸਤੀ ਕੁਝ ਕੋਈ ਜਿਹੜੇ ਸਾਨੂੰ ਰੜਕ ਰਿਆ ਵੀ ਇਹਦੇ ਚ ਕੁਝ ਨਾ ਕੁਝ ਦੋਸਤੀ ਹੋਰ ਨਿਕਲਣਗੇ ਜਿਨ੍ਹਾਂ ਨੇ ਇਹ ਕਤਲ ਕਰਵਾਇਆ ਜਿਨ੍ਹਾਂ ਦੀਆਂ ਨਿਗਾਹ ਦੇ ਵਿੱਚ ਸਿੱਧੂ ਰੜਕ ਰਿਆ ਸੀ ਉਹਦੇ ਚ ਕੁਝ ਰਾਜਨੀਤਿਕ ਲੀਡਰ ਵੀ ਹੈ ਤੇ ਕੁਝ ਕਲਾਕਾਰ ਵੀ ਹੈ ਜਿਹਦਾ ਸੱਚ ਇਹਨਾਂ ਦਾ ਗੋਲਡੀ ਬਰਾੜ ਦਾ ਤੇ ਲਾਰੈਂਸ ਬਸਨੋਈ ਦਾ ਨਾਰਗੋ ਟੋਸਟ ਕਰਵਾ ਕੇ ਜਿਹੜਾ ਉਹ ਸਾਹਮਣੇ ਜਿਹੜਾ ਜਨਤਾ ਦੇ ਸਾਹਮਣੇ ਲੈ ਕੇ ਆਂਦਾ ਜਾਵੇ ਤੇ ਜਿਹੜਾ ਇਨਸਾਫ ਦੀ ਗੱਲ ਹੈ ਇਨਸਾਫ ਸਾਨੂੰ ਉੱਦੇ ਮਿਲੂ ਜਿੱਦ ਦੇ ਇਹਨਾਂ ਸਾਰਿਆਂ ਨੂੰ ਫਾਂਸੀ ਹੋਗੀ ਹਜੇ ਤਾਂ ਸਿਰਫ ਇਹ ਇਤਰਾਸਾ ਹੈ ਵੀ ਚਲੋ ਇਹ ਗਿਰਪਦਾਰ ਹੋਇਆ ਇਹਨਾਂ ਨੂੰ ਫੜ ਕੇ ਪੰਜਾਬ ਲਿਆਂਦਾ ਜਾਵੇ ਅਸੀਂ ਇਹ ਤੇ ਲਈ ਬਧਾਈ ਵੀ ਦਿੰਨੇ ਕੈਲੀਫੋਰਨੀਆ ਪੁਲਿਸ ਨੂੰ ਤੇ ਯੂ ਐਸ اے ਸਰਕਾਰ ਨੂੰ ਵੀ ਤੇ ਭਾਰਤ ਸਰਕਾਰ ਨੂੰ ਵੀ ਜਿਨ੍ਹਾਂ ਨੇ ਉਦਮ ਕਰਕੇ ਇਹਨਾਂ ਨੂੰ ਫੜਨ ਦੇ ਵਿੱਚ ਕੋਸ਼ਿਸ਼ ਕੀਤੀ ਹੈ। ਹਾਂਜੀ। ਕੀ ਕਹੋਗੇ ਜਿਹੜਾ ਲੰਬੇ ਸਮੇਂ ਤੋਂ ਪ੍ਰਦਰਸ਼ਨ ਵੀ ਕਈ ਵਾਰ ਹੋਇਆ ਕੈਂਡਲ ਮਾਰਚ ਕੱਢੇ ਗਏ ਤੇ ਹੁਣ ਅੱਜ ਗੋਲਡੀ ਬਰਾਡ ਦੀ ਜਿਹੜੀ ਪੁਸ਼ਟੀ ਹੋਈ ਆ ਕਿ ਉਹਨੂੰ ਡਿਟੇਨ ਕਰ ਲਿਆ। ਆ ਬਿਲਕੁਲ ਹਾਂਜੀ ਜਿਵੇਂ ਪੁਸ਼ਟੀ ਹੋਈ ਆ ਅੱਜ ਜਿਹੜੀ ਜਦੋਂ ਜਿਵੇਂ ਸਾਰਿਆਂ ਨੂੰ ਕਿਉਂਕਿ ਇਹ ਇਹ ਕੋਈ ਛੋਟਾ ਨੈਕਸਸ ਨਹੀਂ ਹੈ ਤੇ ਬਹੁਤ ਵੱਡਾ ਨੈਕਸਸ ਹੈ। ਜਿਵੇਂ ਪਰਿਵਾਰ ਚਾਹੁੰਦਾ ਹੈ ਮੇਰਾ ਤਾਂ ਕਹਿਣ ਦਾ ਮਤਲਬ ਬੜੀ ਸਪਸ਼ਟ ਸਰਕਾਰ ਨੂੰ ਵੀ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਜਿਵੇਂ ਪਰਿਵਾਰ ਦੀ ਤਸੱਲੀ ਹੁੰਦੀ ਹੈ ਜਿਵੇਂ ਇਹ ਚਾਹੁੰਦੇ ਵੀ ਜਿਵੇਂ ਇਹ ਕੇਸ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਉਹਨੂੰ ਵੇਖਦੇ ਹੋਏ ਚਲੋ ਆਹ ਸਟੈਪ ਵਧੀਆ ਹੋਇਆ ਜਿਹੜਾ ਹੁਣ ਗ੍ਰਿਫਤਾਰੀ ਹੋਈ ਹੈ ਹੋਰ ਵੀ ਜਿਹੜੇ ਜਿਹੜੇ ਅਸਲੀ ਦੋਸ਼ੀ ਨੇ ਉਹ ਜਲਦੀ ਜਲਦੀ ਫੜੇ ਜਾਣ ਜਿਵੇਂ ਪਰਿਵਾਰ ਦੀ ਸੰਤੁਸ਼ਟੀ ਕਰਾਉਣੀ ਕਿਉਂਕਿ ਇਹ ਪਰਿਵਾਰ ਹਾਲੇ ਇਸ ਕਾਰਵਾਈਆਂ ਤੋਂ ਸਰਕਾਰ ਦੀ ਤੋਂ ਸੰਤੁਸ਼ਟ ਨਹੀਂ ਹੈਗਾ ਜਿਸ ਤਰ੍ਹਾਂ ਪਰਿਵਾਰ ਨੇ ਕੱਲ ਐਲਾਨ ਕੀਤਾ ਸੀ 2 ਕਰੋੜ ਦਾ ਲੱਗਦਾ ਨਹੀਂ ਸਰਕਾਰ ਨੂੰ ਪਹਿਲੇ ਐਸੇ ਕਦਮ اٹھਾਉਣੇ ਚਾਹੀਦੇ ਸੀ ਕਿ ਪਰਿਵਾਰ ਇੱਕ ਤਾਂ ਬੇਟਾ ਚਲਾ ਗਿਆ ਦੂਜਾ ਪੈਸੇ ਦੀ ਵੀ ਜਿਹੜਾ ਕਿਹਾਗਾ ਬਈ ਸਿਕੁਨੂ ਬਿਲਕੁਲ ਦੀ ਸਰਕਾਰਾਂ ਸਰਕਾਰਾਂ ਵਾਸਤੇ ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਇਹ ਸਰਕਾਰ ਬਹੁਤ ਇੱਕ ਚੀਫ ਮਿਨਿਸਟਰ ਬਹੁਤ ਵੱਡੀ ਪਾਵਰ ਹੁੰਦੀ ਹੈ ਜੋ ਚਾਵੇ ਮੈਂ ਕੁਝ ਕਰਨਾ ਤਾਂ ਉਹ ਉਹ ਰਾਤੋਂ ਰਾਤ ਕਰ ਸਕਦਾ ਤੋ ਮੈਂ ਕਹਿੰਦਾ ਵੀ ਚਲੋ ਦੇਰ ਆਇ ਦਰਸਤ ਆ ਜੀ ਮੈਂ ਆਪ ਸਾਰੇ کہہ ਰਹੇ ਆ ਪਰ ਜਿਵੇਂ ਪਰਿਵਾਰ ਦੀ ਪਰ ਹਲੇ ਵੀ ਸੰਤੁਸ਼ਟੀ ਨਹੀਂ ਇੱਕ ਸਕੌਟੀ ਨੂੰ ਲੈ ਕੇ ਬੜਾ ਇਸੂ ਪਰਿਵਾਰ ਵੱਲੋਂ ਉਠਾਇਆ ਗਿਆ ਸੀਗਾ ਇਹ ਮਾਮਲਾ ਉਹ ਤਾਂ ਪਹਿਲੀ ਵਾਰੀ ਜਦੋਂ ਤੁਸੀਂ ਚਲੋ ਮੈਂ ਬਹੁਤ ਪਹਿਲਾਂ ਜਦੋਂ ਇਹ ਦਿਨ ਕਤਲ ਹੁੰਦਾ ਉਹਦੋਂ ਅਗਲੇ ਨਹੀਂ ਇਹ ਗੱਲ ਹੋ ਗਈ ਸੀ ਵੀ ਜੇ ਇਹਦੀ ਸਿਕਿਉਰਿਟੀ ਵਿਡਰੋਅ ਨਾ ਕੀਤੀ ਜਾਂਦੀ ਉਹ ਕੀ ਇਹਨੂੰ ਇਹਨੂੰ ਸਭ ਤੋਂ ਵੱਧ ਥ੍ਰੈਟ ਪਰਸੈਪਸ਼ਨ ਸੀ ਜਿਵੇਂ ਪਰਿਵਾਰ ਆਪ ਹੀ ਦੱਸ ਰਿਹਾ ਸਾਨੂੰ ਵੀ ਪੁਲਿਸ ਨਹੀਂ ਦੱਸਿਆ ਵੀ ਵੀ ਇਹ ਨਾਲੇ ਨਾਲੇ ਸਰਕਾਰ ਹੀ ਕਹਿ ਰਹੀ ਤੈਨੂੰ ਤੈਨੂੰ ਥ੍ਰੈਟ ਪਰਸੈਪਸ਼ਨ ਹੈ ਤੇ ਸਰਕਾਰ ਹੀ ਸਿਕਿਉਰਿਟੀ ਵਾਪਸ ਲੈ ਰਹੀ ਸੀ ਇਹ ਗੱਲ ਕੋਈ ਸਮਝ ਨਹੀਂ ਆਈ ਬਾਕੀ ਫੇਰ ਵੀ ਜਦੋਂ ਕੋਰਟ ਕੋਟਾ ਨੇ ਚਲੋ ਮੈਂ ਧੰਨਵਾਦ ਕਰਦਾ ਹਾਈ ਮਾਨਯੋਗ ਹਾਈ ਕੋਰਟ ਦਾ ਜਿਨੇ ਸਾਰੀਆਂ ਸਿਕਿਉਰਟੀਆਂ ਸਭ ਦੀਆਂ ਵਾਪਸ ਕੀਤੀਆਂ ਤੇ ਇਹ ਜਿਹੜਾ ਬਿਲਕੁਲ ਇਹਦੇ ਵਿੱਚ ਸਰਕਾਰ ਦੀ ਨਲਾਇਕੀ ਰਹੀ ਹੈ ਜਿਹੜੀ ਸਿਕਿਉਰਿਟੀ ਵਿਡਰੋਅ ਕੀਤੀ ਹੈ ਜਿਹਦੇ ਕਰਕੇ ਇਹ ਕੰਮ ਹੋਇਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਕਰਪਸ਼ਨ ਨੂੰ ਲੈ ਕੇ ਗੱਲ ਕਰਦੀ ਸੀ ਪਰ ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਕਈ ਅਧਿਕਾਰੀ ਕਰਪਸ਼ਨ ਦੇ ਵਿਚਾਰ ਅੜ ਗਏ ਸਿੱਧੂ ਮੂਸੇਵਾਲਾ ਮਾਮਲੇ ਜਿਸ ਤਰ੍ਹਾਂ ਟੀਨ ਨੂੰ ਭੁਜਾ ਦਿੱਤਾ ਜਾਂਦਾ ਕਿਵੇਂ ਦੇਖ ਦੋਗੇ ਸਰਕਾਰ ਮੈਂ ਤੁਹਾਨੂੰ ਕਹਿੰਦਾ ਇਹ ਬਹੁਤ ਵੱਡਾ ਨੈਕਸਸ ਹੈ ਜੀ ਇਹ ਅਸੀਂ ਤਾਂ ਹਿੰਦਾ ਸਰਕਾਰ ਮੈਂ ਸਰਕਾਰ ਨੂੰ ਤੁਹਾਡੇ ਰਹੀਂ ਫੇਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਜਿਵੇਂ ਪਰਿਵਾਰ ਚਾਹੁੰਦਾ ਉਸ ਤਰੀਕੇ ਨਾਲ ਤੁਸੀਂ ਇਹ ਪੁੱਛ ਦੱਸ ਕਰੋ ਠੀਕ ਹੈ ਤੁਸੀਂ ਪੁੱਛਦਾਸ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਪਰ ਇਹਨਾਂ ਨੂੰ ਕਈ ਇਹ ਜਿਹੇ ਗੱਲਾਂ ਇਹਨਾਂ ਇਹਨਾਂ ਦੇ ਧਿਆਨ ਦੇ ਵਿੱਚ ਨਹੀਂ ਪਰਿਵਾਰ ਦੇ ਨਾਲ ਕਿਉਂਕਿ ਉਹ ਪਰਿਵਾਰ ਦਾ ਮੈਂਬਰ ਸੀ ਆਪਾਂ ਆਪਾਂ ਤਾਂ ਆਪਣੀ ਇੱਕ ਸਰਕਾਰੀ ਪੁੱਛਕਿਸ਼ ਕਰ ਰਹੇ ਹਾਂ ਸੋ ਪਰਿਵਾਰ ਨੂੰ ਵਿੱਚ ਲੈ ਕੇ ਤੁਸੀਂ ਸਾਰੀ ਪੁੱਛਕਿਸ਼ ਕਰੋ ਹਾਂ ਬਿਲਕੁਲ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਨਾਮਜਦ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੇ ਵਿੱਚੋਂ ਰੀਟੇਨ ਕੀਤਾ ਗਿਆ ਜਿਸ ਦੀ ਪੁਸ਼ਟੀ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਵੱਲੋਂ ਵੀ ਕੀਤੀ ਗਈ ਹੈ ਤੇ ਉੱਥੇ ਜਿਹੜਾ ਪਰਿਵਾਰ ਦੇ ਜਿਹੜਾ ਨਜ਼ਦੀਕੀ ਸੀ ਉਹਨਾਂ ਨੇ ਕਿਹਾ ਗਿਆ ਕਿ ਜਿਹੜਾ ਰੀਟੇਨ ਕੀਤਾ ਗਿਆ ਇੱਕ ਸਲਾਘਾਯੋਗ ਕਦਮ ਹੈ ਤੇ ਬਾਕੀ ਵੀ ਜਿਹੜਾ ਸਿੱਧੂ ਦੇ ਦੋਸਤ ਬਾਹਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਮਰਜੀਤ ਸਿੰਘ ਪੰਜਾਬ ਦਾ ਕਮਾਂਡਸਾ